ਪੱਕੀ ਅਫੀਮ 1 ਗ੍ਰਾਮ, ਜ਼ਾਫਰਾਨ 1 ਗ੍ਰਾਮ, ਜੁੰਦ ਬਦਸਤਰ ਮਰਿਆ ਹੋਇਆ ਮੁਦੱਬਰ ਕੀਤਾ ਹੋਇਆ 1 ਗ੍ਰਾਮ, ਬੜੀ ਇਲਾਚੀ ਦੇ ਬੀ 1 ਗ੍ਰਾਮ, ਅਕਰ ਕਰਾ 1 ਗ੍ਰਾਮ, ਚਾਰੋ ਅਜਵੈਨ 10 ਗ੍ਰਾਮ। ਇਹ ਗੋਲੀ ਤੋਂ ਬਗੈਰ ਨਾ ਜੀ, ਗੋਲੀ ਤੋਂ ਬਗੈਰ ਦੂਸਰ 'ਚ ਕਬੂਤਰ ਨਹੀਂ ਉੱਡਦਾ ਵੀਰ ਜੀ, ਗੋਲੀ ਲਾਉਣੀ ਪੈਂਦੀ ਆ ਫਿਰ ਦੂਸਰ 'ਚ ਕਬੂਤਰ ਉੱਡਦਾ ਵਾ, ਠੀਕ ਹੈ ਜੀ। ਔਰ ਕਬੂਤਰ ਗਰਮ ਉੱਡਦਾ ਦੂਸਰ 'ਚ, ਠੰਡਾ ਵੀ ਨਹੀਂ ਉੱਡਦਾ। ਇਹ ਕੁਝ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਦੱਸਣਾ ਚਾਹ ਰਿਹਾ ਵਾਂ ਤਾਂ ਕਿ ਤੁਹਾਨੂੰ ਫਾਇਦਾ ਹੋਵੇ ਵੀਰ ਜੀ, ਠੀਕ ਹੈ। ਅਰਕੇ ਗੁਲਾਬ 50 cc ਲੈ ਕੇ ਕਿਸੇ ਪਿਆਲੀ 'ਚ ਪਾ ਕੇ ਅੱਛੇ ਤਰੀਕੇ ਦੇ ਨਾਲ ਉਹਦੇ 'ਚ ਫੀਮ ਜਿਹੜੀ 1 ਗ੍ਰਾਮ ਆ ਆਪਾਂ ਉਹ ਮਿਕਸ ਕਰ ਲੈਣੀ ਆ। ਜਦੋਂ ਉਹ ਅੱਛੇ ਤਰੀਕੇ ਨਾਲ ਮਿਕਸ ਹੋਵੇ ਉਹਨੂੰ ਰੱਖ ਦੇਣਾ ਇੱਕ ਸਾਈਡ 'ਤੇ ਤਾਂ ਕਿ ਉਹਦੇ 'ਚ ਅੱਛੇ ਤਰੀਕੇ ਨਾਲ ਉਹ ਹੱਲ ਹੋ ਜਾਏ। ਆਊਜ਼ ਬਿੱਲਾਹਿ ਮਿਨਸ ਸ਼ੈਤਾਨਿਰ ਰਜੀਮ, ਬਿਸਮਿੱਲਾਹਿ ਰਹਿਮਾਨਿਰ ਰਹੀਮ। ਅਸਲਾਮ ਅਲੈਕਮ ਜੀ, ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਅਤੇ ਇਸ ਤੋਂ ਇਲਾਵਾ ਜਿੰਨੇ ਵੀ ਦੋਸਤ ਸਾਹਿਬ ਸਾਡੇ ਇਸ ਚੈਨਲ ਨੂੰ ਵੇਖਦੇ ਨੇ, ਤਮਾਮ ਦੋਸਤ ਅਤੇ ਵੀਰਾਂ ਨੂੰ ਮੈਂ ਦਿਲੋਂ ਸਲਾਮ ਕਹਿੰਦਾ ਵਾਂ। ਮੈਂ ਤੁਹਾਡਾ ਵੀਰ, ਤੁਹਾਡਾ ਭਰਾ ਉਸਤਾਦ ਅਲੀ ਇਮਰਾਨ ਲਹਿੰਦੇ ਪੰਜਾਬ ਪਾਕਿਸਤਾਨ ਤੋਂ, ਅਤੇ ਤੁਸੀਂ ਦੇਖ ਰਹੇ ਤੁਹਾਡਾ ਆਪਣਾ ਚੈਨਲ ਅਲੀ ਇਮਰਾਨ ਪਿਜਨ ਵਲੌਗ। ਕਾਫੀ ਦਿਨਾਂ ਤੋਂ ਬਾਅਦ ਵੀਡੀਓ ਬਣਾਉਣ ਜਾ ਰਿਹਾ ਵਾਂ, ਮਤਲਬ ਕਿ ਇੰਟਰਵਿਊ ਨਹੀਂ ਕਰ ਰਿਹਾ, ਖੁਦ ਵੀਡੀਓ ਬਣਾ ਕੇ ਪਾ ਰਿਹਾ ਵਾਂ। ਉਹਦੀ ਵਜ੍ਹਾ ਇਹ ਵਾ ਕਿ 7-8 ਦਿਨਾਂ 'ਚ ਮੈਂ ਕਾਫੀ ਸਾਰਾ ਬਿਜ਼ੀ ਸੀਗਾ, ਪ੍ਰੋਬਲਮ ਚੱਲ ਰਹੀ ਸੀ। ਮੇਰੇ ਵਾਲਦ ਜਿਹੜੇ ਹੈਗੇ ਨੇ ਬਿਮਾਰ ਸਨ, 3 ਕੁ ਦਿਨ ਪਹਿਲੇ ਉਹਨਾਂ ਦਾ ਮੈਂ ਆਪਰੇਸ਼ਨ ਕਰਵਾਇਆ ਮਤਲਬ ਕਿ, ਅਤੇ ਕੱਲ੍ਹ ਹੀ ਉਹ ਡਿਸਚਾਰਜ ਹੋਏ ਨੇ ਅਤੇ ਉਹਨਾਂ ਘਰ ਲੈ ਕੇ ਆ, ਕਾਫੀ ਬਿਹਤਰ ਨੇ। ਅਤੇ ਜਦੋਂ ਬੰਦਾ ਟੈਨਸ਼ਨ 'ਚ ਹੋਵੇ, ਪਰੇਸ਼ਾਨੀ 'ਚ ਹੋਵੇ, ਉਦੋਂ ਬੰਦਾ ਕੋਈ ਵੀ ਕੰਮ ਨਹੀਂ ਅੱਛਾ ਲੱਗ ਰਿਹਾ ਹੁੰਦਾ। ਹੁਣ ਥੋੜ੍ਹਾ ਜਿਹਾ ਬਿਹਤਰ ਹੋਇਆ ਵਾਂ ਅਤੇ ਮੈਂ ਸੋਚਿਆ ਕਿ ਵੀਡੀਓਜ਼ ਦਾ ਜਿਹੜਾ ਸਿਲਸਿਲਾ ਵਾ ਉਹ ਆਪਾਂ ਦੁਬਾਰਾ ਸਟਾਰਟ ਕਰੀਏ, ਕਿਉਂਕਿ ਆਪਣੇ ਚੈਨਲ ਤੋਂ ਕਾਫੀ ਸਾਰੇ ਦੋਸਤ ਅਹਿਬਾਬ ਨੇ ਜਿਨ੍ਹਾਂ ਨੂੰ ਕਾਫੀ ਕੁਝ ਸਿੱਖਣ ਦਾ ਮੌਕਾ ਮਿਲਦਾ। ਬਾਕੀ ਸਾਡਾ ਕੰਮ ਆ ਤੁਹਾਨੂੰ ਸੱਚਾਈ ਬਿਆਨ ਕਰਨਾ, ਤੁਸੀਂ ਇਹਦੇ 'ਤੇ ਅਮਲ ਕਰੋਗੇ ਅਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਕਾਫੀ ਸਾਰੇ ਫਾਇਦੇ ਹੋਣਗੇ। ਅਤੇ ਕਾਫੀ ਸਾਰੇ ਦੋਸਤਾਂ ਨੇ ਜਦੋਂ ਮੈਂ ਸੋਸ਼ਲ ਮੀਡੀਆ 'ਤੇ ਇਹ ਪੋਸਟ ਕੀਤੀ, ਫੇਸਬੁੱਕ ਵਗੈਰਾ 'ਤੇ, ਇੰਸਟਾਗ੍ਰਾਮ 'ਤੇ ਜਾਂ ਵਟਸਐਪ 'ਤੇ ਸਟੇਟਸ ਵਗੈਰਾ ਲਗਾਇਆ, ਅਤੇ ਕਾਫੀ ਸਾਰੇ ਦੋਸਤਾਂ ਨੇ ਦੁਆਵਾਂ ਦਿੱਤੀਆਂ, ਮੈਂ ਉਹਨਾਂ ਦਾ ਦਿਲੋਂ ਮਸ਼ਕੂਰ ਹਾਂ। ਅਤੇ ਕਾਫੀ ਸਾਰੇ ਦੋਸਤਾਂ ਨੇ ਸਪੋਰਟ ਵੀ ਕੀਤਾ ਮੈਨੂੰ, ਅਤੇ ਸਪੋਰਟ ਦਾ ਮਤਲਬ ਇਹ ਨਹੀਂ ਹੈਗਾ ਵੀ ਦੋਸਤਾਂ ਭਰਾਵਾਂ ਨੇ ਮੈਨੂੰ ਪੈਸੇ ਭੇਜ ਤੇ ਜਾਂ ਦਵਾਈਆਂ ਲੈ ਕੇ ਦੇ ਤੀਆਂ, ਅੱਲਾ ਮਾਫ਼ ਕਰੇ, ਅੱਲਾ ਦਾ ਦਿੱਤਾ ਆਪਣੇ ਕੋਲ ਸਭੋ ਕੁਝ ਆ, ਇਵੇਂ ਦਾ ਮਾਮਲਾਤ ਨਹੀਂ ਆ। ਸਪੋਰਟ ਦਾ ਮਤਲਬ ਇਹ ਵਾ ਕਿ ਜਿਹੜੇ ਦੋਸਤ ਸਾਹਿਬ ਮੇਰੇ ਇੱਥੇ ਵਿਹਾੜੀ ਸ਼ਹਿਰ 'ਚ ਸੀ ਜਾਂ ਕੋਈ ਬਾਹਰੋਂ ਆਏ, ਉਹ ਆ ਕੇ ਮਿਲੇ, ਉਹਨਾਂ ਨੇ ਹੌਸਲਾ ਦਿੱਤਾ ਕਿ ਅਲ ਇਮਰਾਨ ਬਾਈ ਤੁਸੀਂ ਸਬਰ ਕਰਨਾ, ਕਿਉਂਕਿ ਓਪਰੇਸ਼ਨ ਆ ਮੇਰੇ ਜਿਹੜੇ ਡੈਡੀ ਨੇ, ਬਾਪੂ ਨੇ, ਯਾਬੂ ਨੇ, ਕਿਉਂਕਿ ਹਰ ਬੰਦਾ ਆਪਣੇ ਲਹਿਦਾ ਨਾਮ ਦਿੰਦਾ ਆਪਣੇ ਫਾਦਰ ਨੂੰ, ਅਤੇ ਅਸੀਂ ਵਾਲਦ ਕਹਿੰਦੇ ਹਾਂ, ਯਾਬੂ ਕਹਿੰਦੇ ਹਾਂ। ਖੈਰ ਉਹ ਮਤਲਬ ਕਿ ਕਾਫੀ ਸਾਰੇ ਦੋਸਤ ਆਏ ਮੇਰੇ ਵਾਲਦ ਸਾਹਿਬ ਨੂੰ ਪੁੱਛਣ ਵਾਸਤੇ, ਅਤੇ ਨਾਲ ਮੈਂ ਜਦੋਂ ਉਹਨਾਂ ਨੂੰ ਮਤਲਬ ਕਿ ਉਹਨਾਂ ਦੀ ਕੇਅਰ ਕਰ ਰਿਹਾ ਸੀ, ਉਦੋਂ ਆ ਕੇ ਮੇਰੇ ਕੋਲ ਬਹਿੰਦੇ ਸਨ, ਵਾਲਦ ਸਾਹਿਬ ਨੂੰ ਪੁੱਛਦੇ ਸਨ, ਸਬਰ ਦਿੰਦੇ ਸਨ, ਮਤਲਬ ਕਿ ਹੌਸਲਾ ਦਿੰਦੇ ਸਨ, ਇਹਨੂੰ ਅਸੀਂ ਸਪੋਰਟ ਕਹਿੰਦੇ ਹਾਂ, ਠੀਕ ਆ। ਅਤੇ ਬਾਕੀ ਜਿਹੜੇ ਦੋਸਤਾਂ ਨੇ ਦੁਆਵਾਂ ਦਿੱਤੀਆਂ ਯਾਰ, ਉਹਨਾਂ ਦੇ ਬਹੁਤ ਜ਼ਿਆਦਾ ਮੈਂ ਮਸ਼ਕੂਰ ਹਾਂ, ਕਿਉਂਕਿ ਉਹਨਾਂ ਦੀ ਦੁਆਵਾਂ ਦੇ ਜ਼ਰੀਏ ਹੀ ਇਹ ਕੰਮ ਹੋਇਆ, ਨਾਲ ਦਵਾਈ ਚੱਲੀ ਨਾਲ ਦੁਆਵਾਂ ਚੱਲੀਆਂ, ਕਾਫੀ ਬਿਹਤਰ ਨੇ ਮਾਸ਼ਾਅੱਲਾ। ਹੁਣ ਥੋੜ੍ਹਾ ਬਹੁਤ ਚੱਲ ਫਿਰ ਵੀ ਸਕਦੇ ਨੇ। ਅਤੇ ਉਹਨਾਂ ਟਾਈਮ ਦੇ ਵਿੱਚ ਕਾਫੀ ਸਾਰੇ ਚੜ੍ਹਦੇ ਪੰਜਾਬ ਦੇ ਵੀਰ ਨੇ ਜਿਨ੍ਹਾਂ ਕੋਲ ਮੇਰਾ ਸ਼ਾਇਦ ਨੰਬਰ ਇੱਥੋਂ ਮਿਲ ਗਿਆ ਹੈਗਾ ਮੋਬਾਈਲ ਤੋਂ, ਸੋਰੀ
ਯੂਟਿਊਬ ਚੈਨਲ ਤੋਂ ਜਾਂ ਗਰੁੱਪਸ ਵਗੈਰਾ ਦੇ ਵਿੱਚ ਵੀ ਮੈਂ ਐਡ ਸੀ, ਹੁਣ ਮੈਂ ਗਰੁੱਪਾਂ 'ਚ ਬਹੁਤ ਘੱਟ ਐਡ ਹਾਂ। ਅਤੇ ਉੱਥੋਂ ਇਹਨਾਂ ਨੇ ਨੰਬਰ ਲਿਆ, ਉਹਨਾਂ ਨੇ ਯਾਰ ਰਾਬਤਾ ਕੀਤਾ ਕਿ ਅਲੀ ਇਮਰਾਨ ਬਾਈ ਸਾਨੂੰ ਨਾ ਗੋਲੀ ਦੱਸੋ, ਦੁੱਸਰ ਵਾਲੀ ਗੋਲੀ ਦੱਸੋ ਔਰ ਦੇਸੀ ਦੱਸੋ। ਅਤੇ ਕਈਆਂ ਨੇ ਕਿਹਾ ਜੀ ਕਬੂਤਰ ਉੱਡਣਾ ਚਾਹੀਦਾ, ਭਾਵੇਂ ਦੇਸੀ ਦੱਸੋ ਅਤੇ ਭਾਵੇਂ ਵਿਲਾਇਤੀ ਦੱਸੋ। ਅਤੇ ਕਈਆਂ ਨੇ ਆਖਿਆ ਭਾਵੇਂ ਦੇਸੀ ਹੋਵੇ ਅਤੇ ਭਾਵੇਂ ਮਿਕਸ ਹੋਵੇ, ਦੋਨਾਂ ਦਾ ਟੱਚ ਹੋਵੇ, ਗੋਲੀ ਦੱਸੋ ਸਾਨੂੰ। ਉਹਨਾਂ ਨੂੰ ਮੈਂ ਯਕੀਨ ਦਹਾਨੀ ਕਰਾਈ ਕਿ ਦੋਸਤੋ ਮੈਂ ਹਜੇ ਥੋੜ੍ਹਾ ਜਿਹਾ ਬਿਜ਼ੀ ਹਾਂ ਅਤੇ ਜਿਵੇਂ ਮੈਂ ਈਜ਼ੀ ਹੋਵਾਂਗਾ, ਵਾਅਦਾ ਕੀਤਾ ਸੀ ਕਿ ਮੈਂ ਤੁਹਾਨੂੰ ਇਨਸ਼ਾ ਤਾਲਾ ਚੈਨਲ 'ਤੇ ਹੀ ਐਸੀ ਗੋਲੀ ਦੱਸ ਜਾਵਾਂਗਾ ਕਿ ਤੁਸੀਂ ਯਾਦ ਕਰੋਗੇ, ਇਹ ਮੇਰੀ ਤਰਫ ਗਿਫਟ ਹੋਵੇਗਾ। ਇਹ ਵਾਲੀ ਗੋਲੀ ਬਹੁਤ ਹੀ ਨਾਯਾਬ ਗੋਲੀ ਆ, ਸਾਡੇ ਉਸਤਾਦਾਂ ਦਾ ਜੋਧ ਆ। ਇਹ ਯੂਟਿਊਬ ਚੈਨਲ 'ਤੇ ਪਹਿਲੇ ਨਹੀਂ ਆਈ, ਇਹ ਹੁਣ ਆਪਾਂ ਇਹ ਗੋਲੀ ਦੱਸਾਂਗੇ, ਲਾਜ਼ਮੀ ਦੱਸਾਂਗੇ। ਮੇਰੇ ਤੱਕ ਕਿਵੇਂ ਪਹੁੰਚੀ ਆ ਇਹ ਜ਼ਰੂਰੀ ਨਹੀਂ ਆ, ਇਹਦਾ ਰਿਜ਼ਲਟ ਜ਼ਰੂਰੀ ਆ। ਜਿਹੜੇ ਦੋਸਤ ਇਹਨੂੰ ਇਸਤੇਮਾਲ ਕਰਨਗੇ ਉਹ ਆਪਾਂ ਨੂੰ ਦੁਆਵਾਂ ਦੇਣਗੇ। ਉਸ ਤੋਂ ਬਾਅਦ ਕਾਫੀ ਸਾਰੇ ਦੋਸਤਾਂ ਨੇ ਮੈਸੇਜ ਕੀਤਾ ਕਿ ਯਾਰ ਅਲੀ ਇਮਰਾਨ ਭਾਈ ਸਾਨੂੰ ਤੁਸੀਂ ਨਾ ਸਾਡੇ ਕਬੂਤਰ ਨੀਵੇਂ ਉੱਡਦੇ ਆ, ਉੱਚੇ ਉਡਾਉਣਾ ਚਾਹੁੰਦੇ ਹਾਂ। ਅਤੇ ਕਈਆਂ ਨੇ ਕਿਹਾ ਯਾਰ ਸਾਡੇ ਕਬੂਤਰ ਉੱਚੇ ਉੱਡਦੇ ਆ, ਨੀਵੇਂ ਉਡਾਉਣੇ ਚਾਹੁੰਦੇ ਹਾਂ। ਸਾਡਾ ਦੋਸਤ ਆ, ਸਾਡਾ ਵੀਰ ਆ, ਉਹ ਵੀ ਯੂਟਿਊਬ ਚੈਨਲ ਆ ਉਹਦਾ ਵੀ, ਨਾਮ ਨਹੀਂ ਲੈਣਾ ਚਾਹੁੰਦਾ, ਉਹਨਾਂ ਨੇ ਚੀਜ਼ਾਂ ਦੱਸੀਆਂ ਵਾ। ਅਤੇ ਅਗਰ ਹੁਣ ਮੈਂ ਦੱਸਾਂਗਾ ਤਾਂ ਉਹ ਫਿਰ ਕਹਿਣਗੇ ਯਾਰ ਅਲੀ ਇਮਰਾਨ ਭਾਈ ਵੀ ਦੱਸੀ ਜਾਂਦੇ, ਉਦੋਂ ਉਹਨੇ ਦੱਸਿਆ, ਸ਼ਾਇਦ ਉਹਨੂੰ ਵੇਖ ਕੇ ਦੱਸੀ ਜਾਂਦਾ, ਉਹ ਸ਼ਾਇਦ ਉਹਨੂੰ ਵੇਖ ਕੇ ਹੀ ਆਪਣੇ ਤੋਂ ਲੋਕ ਪੁੱਛਦੇ ਹੋਣਗੇ ਕਿ ਅਲੀ ਇਮਰਾਨ ਭਾਈ ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਵੀ ਕੀ ਮਾਮਲਾਤ ਨੇ। ਵੀਰ ਜੀ ਇਸ ਤਰੀਕੇ ਨਾਲ ਨੈਗੇਟਿਵਿਟੀ ਫੈਲਦੀ ਆ, ਇਹ ਗੱਲ ਸਹੀ ਨਹੀਂ। ਮੈਂ ਦੱਸਿਆ ਉੱਥੇ ਵੀ ਆ ਉਹਨਾਂ ਨੂੰ ਮੈਸੇਜ ਦੇ ਵਿੱਚ, ਲੇਕਿਨ ਓਪਨ ਫਾਰਮ 'ਤੇ ਤਾਂ ਦੱਸ ਰਿਹਾ ਵਾਂ ਕਿ ਤਾਂ ਕਿ ਦੋਸਤ ਯਾਰ ਇਵੇਂ ਦੇ ਮੈਸੇਜ ਨਾ ਕਰਿਆ ਕਰੋ ਕਿ ਜਿਹਦੀ ਵਜ੍ਹਾ ਤੋਂ ਨੈਗੇਟਿਵਿਟੀ ਪੈਦਾ ਹੋਵੇ, ਇੱਕ ਦੂਸਰੇ ਦੇ ਨਾਲ ਨਾਰਾਜ਼ਗੀਆਂ ਦਾ ਕੰਮ ਸਟਾਰਟ, ਸ਼ੋਕ ਪਿਆਰ ਮੁਹੱਬਤ ਦਾ ਨਾਮ ਆ। ਠੀਕ ਹੈ ਜੀ, ਅਤੇ ਹੁਣ ਆਪਾਂ ਟਾਈਮ ਨਹੀਂ ਜ਼ਾਇਆ ਕਰਦੇ, ਆਉਂਦੇ ਹਾਂ ਆਪਣੀ ਵੀਡੀਓ ਦੀ ਤਰਫ, ਜਿਹੜਾ ਆਪਣਾ ਟੋਪਿਕ ਆ ਉਹਦੀ ਤਰਫ, ਤਾਂ ਕਿ ਆਪਾਂ ਇਹ ਚੀਜ਼ ਦੱਸ ਸਕੀਏ ਔਰ ਦੋਸਤਾਂ ਭਰਾਵਾਂ ਦਾ ਫਾਇਦਾ ਹੋਵੇ। ਉਸ ਤੋਂ ਪਹਿਲਾਂ ਯਾਰ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਪਹਿਲੀ ਦਫ਼ਾ ਵੀਡੀਓ ਵੇਖ ਰਹੇ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਦਿਉ, ਆਲ 'ਤੇ ਕਲਿੱਕ ਕਰ ਦਿਉ ਤਾਂ ਕਿ ਬਰ ਵਕਤ ਤੁਹਾਨੂੰ ਵੀਡੀਓ ਮਸ਼ਹੂਲ ਹੋ ਜਾਵੇ। ਔਰ ਜਿਹੜੇ ਸਾਡੇ ਦੋਸਤ ਸਬਸਕ੍ਰਾਈਬਰ ਨੇ, ਲਾਈਕ ਦਾ ਕਲਿੱਕ ਜ਼ਰੂਰ ਕਰਿਆ ਕਰੋ, ਲਾਈਕ ਜ਼ਰੂਰ ਕਰਿਆ ਕਰੋ ਯਾਰ, ਲਾਈਕ ਦੇ ਨਾਲ ਸਾਨੂੰ ਫਾਇਦਾ ਹੁੰਦਾ, ਨੁਕਸਾਨ ਨਹੀਂ ਹੁੰਦਾ। ਅਤੇ ਇੱਕ ਸਿਰਫ ਉਂਗਲੀ ਲਾਈਕ 'ਤੇ ਲਾਉਣੀ ਆ, ਅਸੀਂ ਤਾਂ ਯਾਰ ਵੀਡੀਓ ਕੈਪਚਰ ਕਰਦੇ ਹਾਂ ਫਿਰ ਐਡਿਟ ਕਰਦੇ ਹਾਂ, ਕਾਫੀ ਸਾਰੇ ਇਹਦੇ ਵਿੱਚ ਸਟੈਪ ਹੁੰਦੇ ਨੇ, ਉਹ ਪਾਸ ਕਰਕੇ ਫਿਰ ਅਸੀਂ ਵੀਡੀਓ ਅਪਲੋਡ ਕਰਦੇ ਹਾਂ। ਸਿਰਫ ਲਾਈਕ ਕਰ ਦਿਆ ਕਰੋ ਮਿਹਰਬਾਨੀ, ਔਰ ਵੀਡੀਓ ਨੂੰ ਦੇਖਿਆ ਕਰੋ ਸ਼ੁਰੂ ਤੋਂ ਲੈ ਕੇ ਅੰਤ ਤੱਕ, ਤਾਂ ਕਿ ਤੁਹਾਨੂੰ ਫਾਇਦਾ ਹੋਵੇ। ਠੀਕ ਆ ਜੀ, ਗਰਮੀ 'ਚ ਬਹਿ ਕੇ ਵੇਖ ਲਓ ਵੀਡੀਓ ਬਣਾ ਲਿਆ, ਸਾਡੇ ਅੱਜ ਵੀ ਇੱਥੇ ਗਰਮੀ ਹੈ ਵਾ, ਲੇਕਿਨ ਸਾਡੇ ਇੱਥੇ ਕਬੂਤਰਬਾਜ਼ੀ ਨਹੀਂ ਹੋ ਰਹੀ, ਘੱਟ ਹੋ ਰਹੀ ਆ। ਅਤੇ ਚਲੋ ਖੈਰ ਆਉਂਦੇ ਜੀ ਆਪਣੀ ਵੀਡੀਓ ਤਰਫ, ਅਤੇ ਪਹਿਲੇ ਥੋੜ੍ਹਾ ਇਹ ਦੱਸ ਦਈਏ ਕਿ ਜਿਹੜਾ ਕਬੂਤਰ ਨੀਵਾਂ ਉੱਡਦਾ ਨਾ ਉਹ ਠੰਡਾ ਕਬੂਤਰ ਹੁੰਦਾ ਵਾ, ਜਾਂ ਕੁੰਦਿਆਂ 'ਚੋਂ ਦੇ ਪਾਣੀ ਪਿਆ ਹੁੰਦਾ, ਜਾਂ ਨਸਲੋਂ ਹੁੰਦਾ ਵਾ। ਅਤੇ ਤੁਸੀਂ ਅਗਰ ਰਾਤ ਵਾਲੀ ਗੋਲੀ ਲਾ ਲਓ ਜਾਂ ਕੁੰਦਿਆਂ ਦਾ ਪਾਣੀ ਸੁਕਾ ਲਓ ਤਾਂ ਕਬੂਤਰ ਉੱਚਾ ਉੱਡਣ ਲੱਗ ਜਾਏਗਾ। ਜਿਹੜਾ ਕਬੂਤਰ ਉੱਚਾ ਉੱਡਦਾ ਵਾ ਉਹਨੂੰ ਤੁਸੀਂ ਥੋੜ੍ਹਾ ਠੰਡਾ ਕਰ ਲਓ ਅਤੇ ਨੀਵਾਂ ਉੱਡਣ ਲੱਗ ਜਾਊਗਾ। ਇਹ ਗੱਲ ਸਿਰਫ ਇੰਨੀ ਕੀ ਆ, ਅਤੇ ਬਾਕੀ ਮਜ਼ੀਦ ਮੈਂ ਦੱਸੂੰਗਾ ਇਹਦੇ ਉੱਤੇ ਨਾ, ਪ੍ਰੋਪਰ ਆਪਾਂ ਤਫਸੀਲ ਨਾਲ ਗੱਲਬਾਤ ਕਰਾਂਗੇ। ਖੈਰ ਹੁਣ ਆਪਾਂ ਜਿਹੜਾ ਆਪਣਾ ਟੋਪਿਕ ਆ ਗੋਲੀ ਵਾਲਾ ਉੱਧਰ ਆਉਂਦੇ ਹਾਂ ਜੀ। ਪੱਕੀ ਅਫੀਮ 1 ਗ੍ਰਾਮ, ਜ਼ਾਫਰਾਨ 1 ਗ੍ਰਾਮ, ਜੁੰਦ ਬਦਸਤਰ ਮਰਿਆ ਹੋਇਆ ਮੁਦੱਬਰ ਕੀਤਾ ਹੋਇਆ 1 ਗ੍ਰਾਮ, ਬੜੀ ਇਲਾਚੀ ਦੇ ਬੀ 1 ਗ੍ਰਾਮ, ਅੱਕਰ ਕਰਾ
1 ਗ੍ਰਾਮ, 4 ਅਜਵੈਨ 10 ਗ੍ਰਾਮ। ਇਹ ਗੋਲੀ ਤੋਂ ਬਗੈਰ ਨਾ ਜੀ, ਗੋਲੀ ਤੋਂ ਬਗੈਰ ਦੂਸਰ 'ਚ ਕਬੂਤਰ ਨਹੀਂ ਉੱਡਦਾ ਵੀਰ ਜੀ, ਗੋਲੀ ਲਾਉਣੀ ਪੈਂਦੀ ਆ ਫਿਰ ਦੂਸਰ 'ਚ ਕਬੂਤਰ ਉੱਡਦਾ ਵਾ, ਠੀਕ ਹੈ ਜੀ। ਔਰ ਕਬੂਤਰ ਗਰਮ ਉੱਡਦਾ ਦੂਸਰ 'ਚ, ਠੰਡਾ ਵੀ ਨਹੀਂ ਉੱਡਦਾ। ਇਹ ਕੁਝ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਦੱਸਣਾ ਚਾਹ ਰਿਹਾ ਵਾਂ ਤਾਂ ਕਿ ਤੁਹਾਨੂੰ ਫਾਇਦਾ ਹੋਵੇ ਵੀਰ ਜੀ, ਠੀਕ ਹੈ। ਸੁੱਚੇ ਮੋਤੀ 1 ਗ੍ਰਾਮ, 7 ਪੁਦੀਨਾ ਜਿਹਨੂੰ ਪਿਪਲਾ ਮਿੰਟ ਵੀ ਕਹਿੰਦੇ ਆ, ਚਨੇ ਬਰਾਬਰ, ਛੋਟੇ ਚਨੇ ਦੇ ਬਰਾਬਰ। ਕੁਸ਼ਤਾ ਸ਼ਿੰਗਰਫ, ਸਾਡੇ ਚੜ੍ਹਦੇ ਪੰਜਾਬ ਵਾਲੇ ਭਸਮ ਕਹਿੰਦੇ ਆ, ਸ਼ਿੰਗਰਫ ਵਾਲੀ ਭਸਮ। ਕੁਸ਼ਤਾ ਕਲੀ ਮਤਲਬ ਕਿ ਕਲੀ ਦਾ, ਕਲੀ ਦੀ ਭਸਮ। ਜ਼ਿਰਸ਼ਕ ਉਧਰਲੀ ਸਾਈਡ ਦੇ ਮੇਵਾ ਕਹਿੰਦੇ ਆ, ਛੋਟਾ ਮੇਵਾ ਹੁੰਦਾ ਉਹ ਕਾਲੇ ਰੰਗ ਦਾ, ਉਹਨੂੰ ਉਧਰ ਮੇਵਾ ਕਹਿੰਦੇ ਆ। ਬਾਕੀ ਦ੍ਰਿਸ਼ਕ ਚੜ੍ਹਦੇ ਪੰਜਾਬ ਵਾਲੇ ਉਹਨੂੰ ਮੇਵਾ ਕਹਿੰਦੇ ਆ, ਸਾਡੇ ਵਾਲੀ ਸਾਈਡ 'ਤੇ ਦ੍ਰਿਸ਼ਕ ਵੀ ਕਹਿ ਦਿੰਦੇ, ਜ਼ਿਰਸ਼ਕ ਸ਼ੀਰੀ ਵੀ ਕਹਿ ਦਿੰਦੇ। ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰਾਂਗਾ ਆਪਣੀ ਇਸ ਵੀਡੀਓ ਦਾ ਜਿਹੜਾ ਥੰਬਨੇਲ ਆ, ਜਿਹੜੀ ਫੋਟੋ ਆ ਫਰੰਟ 'ਤੇ ਲੱਗਣੀ, ਉਹਦੇ 'ਤੇ ਮੈਂ ਉਹਦੀ ਫੋਟੋ ਲਾ ਦਾਂਗਾ। ਅਰਕੇ ਗੁਲਾਬ 50 cc, ਠੀਕ ਆ ਜੀ। ਇਹ ਦੇਸੀ ਦੱਸ ਰਿਹਾ ਵਾਂ, ਨਾਲ ਜਿਹੜਾ ਟੱਚ ਆ ਵਲੈਤੀ ਦਾ ਉਹ ਵੀ ਤੁਹਾਨੂੰ ਦੱਸੂੰਗਾ। ਬਾਕੀ ਅੱਛਾ ਜੀ, ਆਪਾਂ ਪੱਕੀ ਅਫੀਮ ਲੈਣੀ ਆ 1 ਗ੍ਰਾਮ, ਅਤੇ 50 cc ਲੈਣਾ ਵਾ ਅਰਕੇ ਗੁਲਾਬ। ਉਹ ਕਿਸੇ ਪਿਆਲੀ 'ਚ ਪਾ ਕੇ ਉਸ 'ਚ ਅਫੀਮ ਆਪਾਂ ਖੋਰ ਲੈਣੀ ਆ, ਉਹਦੇ 'ਚ ਖੋਰ ਲੈਣੀ ਆ, ਮਿਕਸ ਕਰ ਲੈਣੀ ਆ। ਇਹ ਬਣਾਉਣ ਦਾ ਤਰੀਕਾ, ਜਿਹੜੀ ਮੇਕਿੰਗ ਆ ਨਾ ਇਹਦਾ ਬਣਾਉਣ ਦਾ ਤਰੀਕਾ, ਇਹਦੇ 'ਚ ਸਾਰੀ ਉਸਤਾਦੀ ਆ, ਠੀਕ ਆ। ਜਿਹਨੇ ਬਣਾ ਲਈ ਉਹਨੇ ਬਾਅਦ 'ਚੋਂ ਮਕਦਾਰ ਸੈੱਟ ਕਰਕੇ ਕਬੂਤਰ ਨੂੰ ਦੇ ਕੇ ਅਤੇ ਬਾਕੀ ਸਾਰੇ ਕੰਮ ਸਿੱਧੇ ਕਰ ਲੈਣੇ ਆ, ਗੱਲ ਸਮਝ। ਜਿਹਨੇ ਕੋਲ ਇਹ ਬਣੀ ਨਾ ਸਹੀ, ਉਹ ਕਿਹਾ ਗਿਆ ਯਾਰ ਉਸਤਾਦ ਅਲੀ ਇਮਰਾਨ ਨੇ ਦੱਸੀ ਸੀ, ਇਹਨੇ ਕੰਮ ਨਹੀਂ ਕੀਤਾ। ਅਤੇ ਚੀਜ਼ਾਂ 1 ਨੰਬਰ ਲੈਣੀਆਂ ਵਾਂ, ਜਿੱਥੇ ਕੋਈ ਚੀਜ਼ ਮਾਠੀ ਬਹਿ ਗਈ ਜਾਂ ਗਲਤ ਬਹਿ ਗਈ, ਰਿਜ਼ਲਟ ਨਹੀਂ ਆਉਣਾ, ਫਿਰ ਸਾਡੇ 'ਤੇ ਬਲੇਮ ਆ ਜਾਂਦਾ। ਬਾਕੀ ਕਬੂਤਰ ਨੂੰ ਪ੍ਰੋਪਰ ਤਿਆਰ ਕੀਤਾ ਹੋਵੇ, ਉਹਨੇ ਬਦਾਮ ਚੰਗੇ ਖਾਧੇ ਹੋਣ, ਠੀਕ ਆ। ਜਿੱਥੇ ਫਾਲਟ ਆਉਣਾ ਨਾ ਜੀ, ਉੱਥੇ ਕਬੂਤਰ ਨੇ ਬਹਿ ਜਾਣਾ, ਉੱਥੇ ਫਿਰ ਕਹਿ ਦਿੰਦੇ ਜੀ ਉਸਤਾਦ ਜਿਹੜਾ ਨਾ ਜੀ ਯੂਟਿਊਬ 'ਤੇ ਅਲੀ ਇਮਰਾਨ ਦੱਸ ਰਿਹਾ ਜਾਂ ਕੋਈ ਦੂਸਰਾ ਤੀਸਰਾ ਦੱਸ ਰਿਹਾ, ਉਹ ਗਲਤ ਦੱਸ ਰਹੇ। ਯਾਰ ਆਪਣੇ 'ਚ ਵੀ ਗਲਤੀ ਹੋ ਸਕਦੀ ਆ, ਇਸ ਗੱਲੋਂ ਥੋੜ੍ਹਾ ਜਿਹਾ ਤਵੱਜੋ ਨਾ। ਚੀਜ਼ਾਂ 1 ਨੰਬਰ ਲੈਣੀਆਂ, ਅਜ਼ਾਨਾਂ ਹੋ ਰਹੀਆਂ ਵਾਂ, ਬਾਕੀ ਦੀ ਵੀਡੀਓ ਆਪਾਂ ਬਾਅਦ 'ਚ ਬਣਾਉਂਦੇ ਹਾਂ। ਅੱਲਾ ਦਾ ਹੁਕਮ ਆਉਣ ਲੱਗ ਗਿਆ ਸੀ, ਅਜ਼ਾਨ ਹੋਣ ਲੱਗ ਗਈ ਸੀ, ਤਾਂ ਲਈ ਇਹ ਵੀਡੀਓ ਆਪਾਂ ਥੋੜ੍ਹੀ ਜਿਹੀ ਰੋਕੀ ਆ। ਹੁਣ ਆਪਾਂ ਅੱਗੇ ਚੱਲਦੇ ਹਾਂ ਕਿ ਅਰਕੇ ਗੁਲਾਬ 50 cc ਲੈ ਕੇ ਕਿਸੇ ਪਿਆਲੀ 'ਚ ਪਾ ਕੇ ਅੱਛੇ ਤਰੀਕੇ ਦੇ ਨਾਲ ਉਹਦੇ 'ਚ ਫੀਮ ਜਿਹੜੀ 1 ਗ੍ਰਾਮ ਆ ਆਪਾਂ ਉਹ ਮਿਕਸ ਕਰ ਲੈਣੀ ਆ। ਜਦੋਂ ਉਹ ਅੱਛੇ ਤਰੀਕੇ ਨਾਲ ਮਿਕਸ ਹੋਵੇ, ਉਹਨੂੰ ਰੱਖ ਦੇਣਾ ਇੱਕ ਸਾਈਡ 'ਤੇ ਤਾਂ ਕਿ ਉਹਦੇ 'ਚ ਅੱਛੇ ਤਰੀਕੇ ਨਾਲ ਉਹ ਹੱਲ ਹੋ ਜਾਏ। ਅੱਛੇ ਤਰੀਕੇ ਨਾਲ ਜਦੋਂ ਹੱਲ ਹੋ ਜਾਏਗੀ, ਉਸ ਤੋਂ ਬਾਅਦ ਆਪਾਂ ਜੁੰਦ ਬਦਸਤਰ ਲੈਣਾ। ਜੁੰਦ ਬਦਸਤਰ ਨੂੰ ਮੁਦੱਬਰ ਕਰਨ ਦਾ ਤਰੀਕਾ ਇਹ ਵਾ ਕਿ ਤੁਸੀਂ ਗਾਏ ਦਾ ਦੇਸੀ ਘੀ ਲੈਣਾ ਵਾ, ਗਾਏ ਦਾ ਦੇਸੀ ਘੀ, ਅਤੇ ਉਹ ਇੰਨਾ ਕੁ ਲੈਣਾ ਵਾ ਕਿ ਉਹ ਉਹਦੇ ਵਿੱਚ ਜੁੰਦ ਬਦਸਤਰ ਡੁੱਬ ਜਾਵੇ। ਔਰ ਜੁੰਦ ਬਦਸਤਰ ਵੀ 1 ਨੰਬਰ ਲੈਣਾ ਵਾ, 2 ਨੰਬਰ ਜੁੰਦ ਬਦਸਤਰ ਵੀ ਲੱਭਦਾ ਵਾ, ਲੇਕਿਨ ਤੁਸੀਂ ਕੋਸ਼ਿਸ਼ ਕਰਨਾ ਵਾ ਕਿ ਉਹ 1 ਨੰਬਰ ਲੈਣਾ। ਹੁਣ ਜੁੰਦ ਬਦਸਤਰ ਹੈ ਕੀ ਹੈ, ਲੋਧੜ ਦੇ ਕਪੂਰੇ ਕਹਿੰਦੇ ਇਹਨੂੰ, ਠੀਕ ਆ ਜੀ। ਹਰ ਚੀਜ਼ 1 ਨੰਬਰ ਲਿਆ ਜੇ, ਇਹ ਨਾ ਹੋਵੇ ਵੱਡੀ ਇਲਾਚੀ ਲੈ ਲਵੋ ਤੁਸੀਂ, ਮਤਲਬ ਕਿ ਚਾਈਨੀਜ਼ ਲੈ ਲਵੋ, ਵੱਡੀ ਵੱਡੀ ਇਲਾਚੀ ਲੈ ਲਵੋ, ਕਹੋ ਜੀ ਇਹ ਬਹੁਤ ਅੱਛੀ ਆ, ਨਹੀਂ। ਦੇਸੀ ਲੈਣੀ ਆ ਜਿਹੜੀ ਛੋਟੇ ਸਾਈਜ਼ ਦੀ ਹੁੰਦੀ ਆ, ਲੇਕਿਨ ਉਹਨਾਂ ਦੇ ਬੀਜ ਬਹੁਤ ਅੱਛੇ ਹੁੰਦੇ ਨੇ, ਬਲੈਕ ਕਲਰ ਦੇ ਬੀਜ ਹੁੰਦੇ ਨੇ, ਬਹੁਤ ਵਧੀਆ ਹੁੰਦੀ ਆ। ਇਸੇ ਤਰੀਕੇ ਨਾਲ ਕੁਛ ਤਾਂ ਸਾਡੇ ਵਾਲੀ ਸਾਈਡ 'ਤੇ ਹਮਦਰਦ ਦਾ ਬਹੁਤ ਅੱਛਾ ਲੱਭਦਾ ਵਾ, ਤੁਸੀਂ ਉਸ ਕੰਪਨੀ ਦਾ ਲੈ ਲਵੋ, ਉਹਦਾ ਵੀ ਰਿਜ਼ਲਟ ਬਹੁਤ ਵਧੀਆ। ਖੈਰ
ਤੁਸੀਂ ਫਿਰ ਕੀ ਕਰਨਾ ਵਾ, ਸਭ ਤੋਂ ਪਹਿਲੇ ਵੱਡੀ ਇਲਾਚੀ ਲੈਣੀ ਆ, ਉਹਦਾ ਪਾਊਡਰ ਕਰ ਲੈਣਾ, ਜੁੰਦ ਦਸਤਰ ਤੁਸੀਂ ਘੀ ਦੇ ਵਿੱਚ ਜਿੰਨਾ ਉਹ ਡੁੱਬ ਜਾਵੇ ਉਹਨਾਂ ਵਿੱਚ ਪਾ ਕੇ ਅਤੇ ਉਹਨੂੰ ਤੜਕਾ ਲੈਣਾ, ਜਦੋਂ ਥੋੜ੍ਹਾ ਜਿਹਾ ਤਿੜਕ ਜਾਵੇ ਉਹਨੂੰ ਥੱਲੇ ਲੈ, ਜ਼ਿਆਦਾ ਨਹੀਂ ਤੜਕਾਉਣਾ, ਹਲਕਾ ਜਿਹਾ ਤੜਕਾਉਣਾ, ਲੇਕਿਨ ਘਿਓ ਗਰਮ ਚੰਗੀ ਤਰੀਕੇ ਕਰ ਲਿਆ ਜੀ। ਫਿਰ ਉਸ ਤੋਂ ਬਾਅਦ ਕੱਢ ਕੇ ਉਹਨੂੰ ਅਖਬਾਰ 'ਤੇ ਰੱਖ ਲਿਆ ਜੀ, ਅਖਬਾਰ ਉਹਦਾ ਸਾਰਾ ਘਿਓ ਪੀ ਜਾਏਗਾ, ਜਿਹੜਾ ਬਾਕੀ ਬਚੇਗਾ ਤੁਸੀਂ ਉਹਦੀ ਵੀ ਰਗੜਾਈ ਕਰ ਲੈਣੀ ਆ, ਖਰਲ ਦੇ ਵਿੱਚ ਪਾ ਕੇ, ਪੱਥਰ ਦੇ ਵਿੱਚ ਪਾ ਕੇ, ਪੱਥਰ ਵਾਲੀ ਜਿਹੜੀ ਹੁੰਦੀ ਨਾ ਉਹਦੇ 'ਚ ਪਾ ਕੇ ਉਹਦੀ ਰਗੜਾਈ ਕਰ ਲੈਣੀ ਆ ਚੰਗੀ ਤਰੀਕੇ ਨਾਲ, ਉਹਦਾ ਪਾਊਡਰ ਹੋ ਜਾਵੇ। ਉਸ ਤੋਂ ਬਾਅਦ ਵੱਡੀ ਇਲਾਚੀ ਪਾ ਲੈਣੀ ਆ, ਅਕਰ ਕਰਾ ਉਹਦਾ ਪਾਊਡਰ ਪਾ ਲੈਣਾ, ਮਤਲਬ ਕਿ ਸਾਰਿਆਂ ਨੂੰ ਪਾਊਡਰ ਕਰ ਲੈਣਾ, ਅਤੇ ਕੁਸ਼ਤੇ ਦੇ ਆਲਰੇਡੀ ਪਾਊਡਰ ਹੁੰਦੇ ਆ, ਸਤਪਤੀਨਾ ਵੀ ਆਲਰੇਡੀ ਪਾਊਡਰ ਮਿਲਿਆ ਹੁੰਦਾ ਵਾ। ਜਦੋਂ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਪਾਊਡਰ ਕਰ ਲਉਂਗੇ, ਸਾਰਾ ਸਮਾਨ ਵਿੱਚ ਪਾ ਲਉਂਗੇ, ਉਸ ਤੋਂ ਬਾਅਦ ਜਿਹੜੀ ਤੁਸੀਂ ਪੱਕੀ ਅਫੀਮ ਪਾਈ ਹੋਈ ਆ ਉਹਦੇ 'ਚ ਗੁਲਾਬਾਂ ਦੇ ਰਖ 'ਚ, ਉਹਨੂੰ ਅੱਛੀ ਤਰੀਕੇ ਨਾਲ ਰਗੜਾਈ ਕਰਨਾ, ਸਾਰਾ ਸਮਾਨ ਪਾ ਕੇ ਉਹਨੂੰ ਇੰਨੀ ਕੁ ਰਗੜਾਈ ਕਰਨਾ ਵਾ ਕਿ ਉਹ ਪਾਊਡਰ ਬਣ ਜਾਵੇ, ਜਿਹੜਾ ਗੁਲਾਬਾਂ ਦਾ ਰਖ ਆ ਉਹ ਵਿੱਚ ਮਹਿਸੂਸ ਨਾ ਹੋਵੇ, ਠੀਕ ਆ। ਜਦੋਂ ਉਹ ਬਿਲਕੁਲ ਪਾਊਡਰ ਬਣ ਜਾਏਗਾ, ਤੁਸੀਂ ਫਿਰ ਉਹਦੇ ਵਿੱਚ ਜ਼ਿਰਸ਼ਕ ਪਾ ਲੈਣੀ ਆ, ਜ਼ਿਰਸ਼ਕ ਪਾ ਕੇ ਉਹਦੀ ਚੰਗੀ ਤਰੀਕੇ ਰਗੜਾਈ ਕਰਕੇ ਉਹ ਮਜੂਨ ਟਾਈਪ ਬਣ ਜਾਏਗੀ, ਇਹ ਗੋਲੀ ਮਜੂਨ ਟਾਈਪ ਬਣ ਜਾਏਗੀ। ਜਦੋਂ ਇਹ ਮਜੂਨ ਬਣ ਜਾਵੇ, ਤੁਸੀਂ ਕਾਲੀ ਮਿਰਚ ਦੇ ਦਾਣੇ ਜਿੰਨੀ ਅਤੇ ਬਾਜਰੇ ਦੇ ਦਾਣੇ ਤੋਂ ਥੋੜ੍ਹੀ ਵੱਡੀ, ਇਸ ਸਾਈਜ਼ ਦੀਆਂ ਦੋ ਤਰ੍ਹਾਂ ਦੀਆਂ ਗੋਲੀਆਂ ਵੱਟ ਲੈਣੀਆਂ ਵਾ, ਇੱਕ ਪਲੇਟ ਲੈ ਲੈਣੀ ਆ, ਉਹਦੇ ਵਿੱਚ ਤੁਸੀਂ ਸੰਦਲ ਦਾ ਜਿਹੜਾ ਬੂਰਾ ਹੁੰਦਾ ਨਾ, ਸੰਦਲ ਦਾ ਬੂਰਾ ਉਹਦਾ ਬੂਰਾ ਲੈ ਲਓ ਜਾਂ ਪਾਊਡਰ ਲੈ ਲਓ, ਸੋਰੀ ਸੰਦਲ ਦਾ ਜਿਹੜਾ ਪਾਊਡਰ ਆ ਉਹ ਤੁਸੀਂ ਪਲੇਟ 'ਚ ਖਿਲਾਰ ਲੈਣਾ ਪੂਰੀ 'ਚ, ਇਹ ਗੋਲੀਆਂ ਵੱਟੀ ਜਾਣੀਆਂ ਉਹਦੇ ਸੁੱਟੀ ਜਾਣੀਆਂ, ਗੋਲੀ ਵੱਟੀ ਜਾਣੀਆਂ ਉਹਦੇ ਸੁੱਟੀ ਜਾਣੀਆਂ, ਅਤੇ ਇਹ ਛਾਂ 'ਤੇ ਰੱਖ ਕੇ ਇਹਨਾਂ ਨੂੰ ਸੁਕਾਉਣਾ ਵਾ, ਨਾ ਕਿ ਧੁੱਪ 'ਤੇ ਰੱਖ ਕੇ ਸੁਕਾ ਲੈਣਾ ਵਾ ਜਿੱਥੇ ਹਵਾ ਆਉਂਦੀ ਜਾਂਦੀ ਰਹੇ। ਇਹ 2 ਤੋਂ 3 ਦਿਨ ਜਾਂ 4 ਦਿਨਾਂ 'ਚ ਸੁੱਕਣਗੀਆਂ ਔਰ ਫਿਰ ਤੁਸੀਂ ਇਹਨਾਂ ਨੂੰ ਇਸਤੇਮਾਲ ਕਰ ਸਕਦੇ ਹੋ, ਠੀਕ ਹੈ ਜੀ। ਇਹ ਤੁਹਾਨੂੰ ਦੇਸੀ ਗੋਲੀ ਪ੍ਰੋਪਰ ਦੱਸਤੀ ਆ। ਹੁਣ ਇਹਦੇ ਵਿੱਚ ਹੀ ਤੁਸੀਂ ਚਾਹੁੰਦੇ ਆ ਕਿ ਯਾਰ ਮੈਡੀਸਨ ਦਾ ਟੱਚ ਹੋਵੇ, ਅਤੇ ਫਿਰ ਵਿੱਚ ਤੁਸੀਂ ਵੀਰੇ ਇੱਕ ਮੋਟੀਵਾਲ ਪਾ ਲੈਣੀ ਆ, ਇੱਕ ਪਿਰੀਟੋਨ ਪਾ ਲੈਣੀ ਆ, ਇੱਕ ਮੈਥਿਕਬਾਲ ਪਾ ਲੈਣੀ ਆ, ਅਤੇ ਇੱਕ ਮਲਟੀਵਿਟਾਮਿਨ ਜਿਹੜੀ ਹੈ ਵਾ ਅੱਧੀ ਸੈਂਟਰਮ ਸਿਲਵਰ ਪਾ ਲੈਣੀ ਆ, ਠੀਕ ਆ। ਮੈਥਿਕਬਾਲ ਤਾਂ ਹੁਣ ਦੱਸਦੀ ਆ, ਉਹ ਵੀ ਪਾ ਲੈਣੀ ਆ, ਉਹਨਾਂ ਦਾ ਵੀ ਪਾਊਡਰ ਕਰਕੇ ਇਹਦੇ ਵਿੱਚ ਮਿਕਸ ਕਰ ਲੈਣਾ, ਅਤੇ ਸਾਈਜ਼ ਇਹੀ ਰੱਖਣਾ ਜਿਹੜਾ ਤੁਹਾਨੂੰ ਦੱਸਤਾ, ਬਣਾਉਣ ਦਾ ਵੀ ਤਰੀਕਾ ਦੱਸਤਾ। ਲਓ ਜੀ, ਇਹ ਟੱਚ ਵੀ ਹੋ ਗਿਆ, ਦੇਸੀ ਵਲੈਤੀ ਮਿਕਸ ਵੀ ਹੋ ਗਈ। ਇਸ ਗੋਲੀ ਨੂੰ ਸਿਰਫ ਤੁਸੀਂ ਇਹਨਾਂ ਦਿਨਾਂ 'ਚ ਨਹੀਂ, 45, 46, 47 ਟੈਂਪਰੇਚਰ 'ਚ ਵੀ ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ ਹੋ, ਔਰ ਇਨਸ਼ਾ ਤਾਲਾ ਜਿੰਨਾ ਵਧੀਆ ਰਿਜ਼ਲਟ ਇਹ ਹੁਣ ਦਊਗੀ, ਉਨਾ ਹੀ ਵਧੀਆ ਰਿਜ਼ਲਟ ਤੁਹਾਨੂੰ ਗਰਮੀ 'ਚ ਵੀ ਦਊਗੀ। ਅਗਰ ਦੋਸਤ ਕਹਿਣ ਕਿ ਯਾਰ ਇਹਦਾ ਰਿਜ਼ਲਟ ਨਹੀਂ ਆਇਆ, ਆ ਕੇ ਮੇਰਾ ਚੈਨਲ ਅਨਸਬ ਕਰ ਦੇਣਾ, ਸਬਸਕ੍ਰਾਈਬ ਨਹੀਂ ਅਨਸਬ ਕਰ ਦੇਣਾ, ਮਤਲਬ ਕਿ ਇਹਨੂੰ ਸਬਸਕ੍ਰਿਪਸ਼ਨ ਤੋਂ ਹਟਾ ਦੇਣਾ, ਬਲਕਿ ਗਲਤ ਮੈਸੇਜ ਕਰਨਾ, ਮੇਰੇ ਖਿਲਾਫ ਕਮੈਂਟ ਕਰਨਾ ਕਿ ਅਲੀ ਇਮਰਾਨ ਨੇ ਇਹ ਚੀਜ਼ ਗਲਤ ਦੱਸੀ ਆ, ਮੇਰੇ ਐਡੀ ਗੱਲ ਜਿਹੜੀ ਕਰਦਾ ਨਾ ਉਹ ਬੰਦਾ ਉਹੀ ਕਰਦਾ ਵਾ ਜਿਹਨੂੰ ਪਤਾ ਹੁੰਦਾ ਵਾ, ਜਿਹਨੇ ਰਿਜ਼ਲਟ ਲਏ ਹੁੰਦੇ ਆ। ਇਹ ਆਪਣੀ ਰਿਜ਼ਲਟਡ ਗੋਲੀ ਮੈਂ ਯੂਟਿਊਬ ਚੈਨਲ 'ਤੇ ਦੱਸ ਰਿਹਾ, ਕਿਸੇ ਨੇ ਨਹੀਂ ਦੱਸੀ ਹੋਊਗੀ, ਅਤੇ ਅੱਲਾ ਦੇ ਹੁਕਮ ਨਾਲ ਦੱਸੂਗਾ ਵੀ ਨਹੀਂ ਕੋਈ। ਜਿਗਰਾ ਚਾਹੀਦਾ, ਜਿਗਰਾ ਵੀਰੇ, ਦਿਲ ਚਾਹੀਦਾ ਵਾ ਇਹਨਾਂ ਚੀਜ਼ਾਂ ਨੂੰ ਦੱਸਣ ਵਾਸਤੇ, ਅਤੇ ਲੋਕਾਂ ਕੋਲੋਂ ਇਹ ਜਿਗਰਾ ਜਾਂ ਦਿਲ ਨਹੀਂ ਹੈਗਾ, ਕਿਉਂਕਿ ਉਹਨਾਂ ਦੇ ਕਾਰੋਬਾਰ ਚੱਲਦੇ ਆ ਇਹਨਾਂ ਚੀਜ਼ਾਂ 'ਤੇ, ਅਤੇ ਆਪਾਂ ਨੂੰ ਅੱਲਾ ਦਾ ਬੜਾ ਸ਼ੁਕਰ ਆ, ਆਪਣਾ ਕਾਰੋਬਾਰ ਨਹੀਂ ਚੱਲਦਾ, ਨਾ ਹੀ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਆ।
ਇਹਨਾਂ ਗੋਲੀਆਂ ਦੇ ਪਿੱਛੇ ਜਿਹੜੀ ਗੋਲੀ ਮੈਂ ਦੱਸ ਰਿਹਾ ਵਾਂ, ਉਸਤਾਦ ਖੁੱਡੇ ਸਾਫ਼ ਕਰਾਉਂਦੇ ਆ, ਆਪਣੇ ਮਗਰ ਲਾ ਕੇ ਰੱਖਦੇ ਆ, ਸਿਰਫ ਇਹੀ ਚੀਜ਼ਾਂ ਦੱਸਣ ਵਾਸਤੇ ਤੁਹਾਨੂੰ ਯੂਟਿਊਬ ਚੈਨਲ ਤੋਂ ਲੱਭ ਰਹੀਆਂ। ਜਿਹੜੇ ਪੜ੍ਹੇ ਲਿਖੇ ਅੱਜ ਦੀ ਜਨਰੇਸ਼ਨ ਆ, ਉਹਨਾਂ ਨੂੰ ਤਾਂ ਫਾਇਦਾ ਹੋ ਗਿਆ, ਪਰ ਇਨਸ਼ਾਅੱਲਾ ਤਾਲਾ ਇਸ ਤੋਂ ਇਕੱਲੇ ਉਹ ਨਹੀਂ ਫਾਇਦਾ ਲੈਣਗੇ, ਕਈ ਉਸਤਾਦ ਵੀ ਫਾਇਦਾ ਲੈਣਗੇ। ਮੈਨੂੰ ਬੜੇ ਮੈਸੇਜ ਆਉਂਦੇ ਲੋਕਾਂ ਦੇ ਕਿ ਯਾਰ ਅਲੀ ਇਮਰਾਨ ਭਾਈ, ਤੁਸੀਂ ਇਹ ਜਦੋਂ ਦਾ ਚੈਨਲ ਬਣਾਇਆ ਵਾ, ਤੁਸੀਂ ਜਿਹੜੇ ਇੰਟਰਵਿਊ ਕਰਦੇ ਹੋ ਅਤੇ ਉਸਤਾਦਾਂ ਕੋਈ ਚੀਜ਼ਾਂ ਲੈ ਕੇ ਦੱਸ ਦਿੰਦੇ ਹੋ, ਯਾਰ ਇਵੇਂ ਦਾ ਤਾਂ ਪਹਿਲੇ ਤਾਂ ਨਹੀਂ ਕਿਸੇ ਨੇ ਦੱਸਿਆ, ਤਾਂ ਤੁਸੀਂ ਆਪ ਹੀ ਯਾਰ ਦੱਸਦੇ ਰਹਿੰਦੇ ਹੋ। ਵੀਰੇ ਆਪਾਂ ਨੂੰ ਕਬੂਤਰਬਾਜ਼ੀ ਦਾ ਸ਼ੌਕ ਵਧਾਉਣ ਦਾ ਸ਼ੌਕ ਆ ਕਿ ਕਬੂਤਰਬਾਜ਼ੀ ਵਧਣੀ ਚਾਹੀਦੀ ਆ, ਓਰੀਜਨਲ ਚੀਜ਼ਾਂ ਨਿਕਲ ਕੇ ਸਾਹਮਣੇ ਆਉਣੀਆਂ ਚਾਹੀਦੀਆਂ ਵਾ। ਇਹ ਇਲਮ ਆ, ਇਲਮ ਦੱਸਣ ਨਾਲ ਵੱਧਦਾ ਵਾ, ਇਹ ਮੇਰੀ ਸੋਚ ਆ ਅਤੇ ਮੈਂ ਦੱਸੂੰਗਾ। ਉਮੀਦ ਕਰਾਂਗਾ ਕਿ ਅੱਜ ਦੀ ਜਿਹੜੀ ਵੀਡੀਓ ਆ ਤੁਹਾਨੂੰ ਪਸੰਦ ਆਈ ਹੋਵੇਗੀ, ਜਿਹੜੀ ਚੀਜ਼ ਦੱਸੀ ਆ ਤੁਸੀਂ ਜ਼ਰੂਰ ਇਸਤੇਮਾਲ ਕਰੋਗੇ, ਅੱਗੇ ਦੋਸਤਾਂ ਨੂੰ ਵੀ ਦੱਸੋਗੇ ਅਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰੋਗੇ, ਅਗਰ ਵੀਡੀਓ ਪਸੰਦ ਆਏਗੀ ਕਮੈਂਟ ਵੀ ਕਰੋਗੇ। ਹੁਣ ਮੈਂ ਤੁਹਾਡੇ ਤੋਂ ਜ਼ਿਆਦਾ ਚਾਹੁੰਦਾ ਵਾਂ ਅਤੇ ਦੁਆ ਦਾ ਤਲਬਗਾਰ ਹਾਂ, ਕਿਉਂਕਿ ਮੇਰੇ ਵਾਲਦ ਦੇ ਮੋਹਤਰਮ ਵਾਸਤੇ ਦੁਆ ਕਰਨਾ, ਮੇਰੀ ਫੈਮਿਲੀ ਵਾਸਤੇ ਦੁਆ ਕਰਨਾ ਕਿ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ, ਅਸੀਂ ਤੁਹਾਡੇ ਵਾਸਤੇ ਦੁਆ ਕਰਦੇ ਹਾਂ। ਅਗਰ ਜ਼ਿੰਦਗੀ ਨੇ ਵਫਾ ਕੀਤੀ ਤਾਂ ਇਵੇਂ ਦੀ ਵੀਡੀਓ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗਾ, ਉਹਦਾ ਜ਼ਿਕਰ ਮਸਲਾ।